ਮਲਿਕ ਸਾਹਿਬ ਪੜ੍ਹਦੇ ਹੁੰਦੇ ਆਏ ਨੇ ਸ਼ੇਰ ਸੁਣਾਉਣਾ ਚਾਹੁੰਦਾ। ਮਲਿਕ ਸਾਹਿਬ ਪੜ੍ਹਦੇ ਆਏ ਅਮੀਰ ਦੀ ਇਮਾਰਤ, ਚੌਧਰੀ ਦੀ ਚੁਦਰਾਹਟ, ਸਖੀ ਦੀ ਸਖਾਵਤ। ਦੋਸੇ ਲਈ ਪਤਾ ਲੱਗਦਾ ਹੈ ਜਦੋਂ ਨੋਹਾਂ ਕੇ ਕੁੰਡੇ ਚ ਹੱਥ ਪਾਵੇ। ਸ਼ੈਣ ਮਲੀਕਤੁਲ ਅਰਬਾ ਕੇ ਨਬੀ ਦੇ ਦਰਵਾਜ਼ੇ ਤੇ ਕੁੰਡੇ ਚ ਹੱਥ ਪਾਏ। ਜਨਾਬੇ ਇਮਰਾਨ ਅਲੀ ਦਾ ਬਾਬਾ ਫਰਮਾਇੰਦਾ, ਮੇਰੀ ਪਿਆਰੀ ਨੂੰ ਇਵਜ਼ ਕੁੰਡਾ ਨਾ ਪਾਈ ਕਿਆ ਦੇਵਾਂ। ਬੀਬੀ ਆਦੀ ਹੈ, ਪਹਿਲੇ ਮੇਰੀ ਜ਼ਾਤੀ ਹੈਸੀਅਤ ਮੱਦੇਨਜ਼ਰ ਰੱਖੋ, ਬਸ ਫੈਸਲਾ ਕਰੋ ਜੋ ਕਿਆ ਅਤਾ ਕਰਨਾ ਹੈ। ਜਨਾਬੇ ਇਮਰਾਨ ਫਰਮਾਇੰਦਾ, ਬਿਸਮਿਲ੍ਲਾ ਬੋਲੋ। ਬੀਬੀ ਆਦੀ ਹੈ, ਮੇਰੇ ਉੱਠਾਂ ਦੇ ਕਿੱਲੇ ਚਾਂਦੀ ਦੇ, ਸਿਰ ਇੰਜ ਹਲੈਂਦੇ ਹੋ ਜਿਵੇਂ ਪਤਾ ਲੱਗਦਾ ਬਾਹਰ ਨਿਕਲਤੇ ਤੂੰ ਪੁੱਛ ਲੈਂਦੇ। ਮੈਂ ਤਾਂ ਇਸ ਵਜ੍ਹਾ ਤੂੰ ਨਹੀਂ ਸਪੀਕਰ ਚ ਪੜਦਾ ਪਿਆ ਜੋ ਤੁਹਾਨੂੰ ਸਮਝ ਨਾ ਆਵੇ ਸ਼ਾਇਦ। ਆਂਦੀ ਪਈ ਮੇਰੇ ਉੱਠਾਂ ਦੇ ਕਿੱਲੇ ਚਾਂਦੀ ਦੇ, ਨੁਕੇਲਾਂ ਸੋਨੇ ਦੀਆਂ, ਮਹਿਮਲਾਂ ਦੇ ਪਰਦੇ ਰੇਸ਼ਮ ਦੇ, ਬਤੂਲ ਦੀ ਮਾਂ ਦੀ ਸਖਾਵਤ ਤੇ ਬੋਲਣ ਹੀ ਨਹੀਂ ਆਉਂਦਾ ਬੰਦਾ, ਹੈਰਾਨ ਹੋਏ ਬੈਠੇ। ਸਾਡੇ ਬੂਹੇ ਤੇ ਕੋਈ ਮਹਿਮਾਨ ਆਵੇ, ਅਸਾਂ ਚਾਂਦੀ ਦੇ ਬਰਤਨ ਚ ਖਾਣਾ ਪੇਸ਼ ਕਰੇ ਨੇ, ਦਸਤਰਖਾਨ ਤੋਂ ਬਰਤਨ ਵਾਪਿਸ ਕਦੀ ਨਹੀਂ ਚਾਹੇ। ਬਰਤਨ ਦਾਨ ਕਰ ਛੁੜੇ ਨੇ, ਅਤਾ ਕਰ ਛੁੜੇ ਨੇ, ਸਾਡੇ ਦਸਤਰਖਾਨਾ ਦੇ ਬਰਤਨ ਚਾ ਚਾ ਕੇ ਵੇਚ ਵੇਚ ਕੇ ਅਰਬ ਦੇ ਕਈ ਭੁੱਖੇ ਅਮੀਰ ਬਣ ਗਏ। ਇਹ ਸਾਡੀ ਜ਼ਾਤੀ ਹੈਸੀਅਤ। ਹੁਣ ਤੁਸੀਂ ਫੈਸਲਾ ਕਰੋ ਕਿਆ ਅਤਾ ਕਰ ਸੋ। ਜਨਾਬੇ ਇਮਰਾਨ ਜ਼ੇਰੇਲਾ ਮੁਸਕਰਾਏ, ਫਰਮਾਇੰਦੇ ਨੇ ਮੇਰੀ ਪਿਆਰੀ ਨੂੰ ਐਸੀ ਕੁੰਡਾ ਨਾ ਪਾਈ ਦੇਵਾਂ ਜੋ ਕਿਆਮਤ ਤਾਈਂ ਬਾਅਦ ਕੋਈ ਸਹੁਰਾ ਆਪਣੀ ਨੂੰਹ ਨੂੰ ਨਾ ਦੇਵੇ। ਬੀਬੀ ਆਦੀ ਮੈਂ ਮੁੰਤਜ਼ਰ ਹਾਂ। ਜਨਾਬੇ ਇਮਰਾਨ ਮਲੀਕਤੁਲ ਅਰਬ ਦੁੱਖ ਮੁਖਾਤਬ ਹੋ ਕੇ ਕਿਆ ਫਰਮਾਇੰਦੇ ਨੇ, ਇਹ ਜੰਨਤ ਤੁਲਾ ਕੁੰਡਾ ਨਾ ਪਾਵੇ ਤੇ ਅਸਮਾਨ ਸਾਰੇ ਜਿਤਨੇ ਹੱਥ ਉੱਠੇ ਚਲਾ ਮੌਲਾ ਦੀ ਜ਼ਰੀ ਨਾਲ ਮਾਸੂਮ ਮੌਲਾ ਤੂੰ ਰੰਗ ਲਾਏ। ਜਨਾਬੇ ਇਮਰਾਨ ਓਏ ਅਲੀ ਦਾ ਬਾਬਾ ਮਲੀਕਤੁਲ ਅਰਬ ਤੋਂ ਮੁਖਾਤਿਬ ਹੋ ਕੇ ਕਿਆ ਫਰਮਾਇੰਦੇ ਨੇ, ਮਖਦੂਮ ਸਾਹਿਬ ਜਿਹੜੇ ਚੁੱਪ ਕੀਤੀ ਬੈਠੇ ਨੇ ਉਹ ਹੈਰਾਨ ਬੈਠੇ ਨੇ ਜੋ ਇਤਨੀ ਹੈਰਾਨ ਨਾ ਹੋਏ ਕਰੋ, ਜਿਤਨਾ ਕੋਈ ਮਾਲਕ ਆਉਂਦਾ ਉਤਨੀ ਮਲਕੀਅਤ ਹੁੰਦੀ।
آباد رشاد رہو جیندے رہو. ایک شعر پرانے قصیدے تے سنوا چھوڑا اپنے مرحوم استاد مرید عباس لنگا صاحب دی یاد سلوات اچھی پڑھو جو اچھا کر کے شعر سنوا. آواز کھول مدینے وچ بہشتی لوگاں دے سردار رہندے ہن. عرب وچ ہور ہی سردار رہندے ہن. مت سمجھو جو سارے سردار ہی کو جائیں. جنتیاں دے سردار ہور تے عرب ڈیزل پٹرول دے سردار ہور. مت سمجھو جو سارے ہی کو جائیں. جنتیاں دے سرداراں دیاں نشانیاں ہن. وہ نشانیاں شیر دے رنگ ای پوری توجہ. مدینے وچ سارے بولو حیدری. چلا جیندے رہو. جتنا بڑا سردار اتنی قیمتی تے سونی سواری. سردار دہ مربے دا مالک جی ایل آئی. سردار دہ پر پندرہ مربے دا مالک لینڈ کروزر. سردار پنجی مربے دا مالک بی ایم ڈبلیو. اسی لاکھ دی گڈی کروڑ دی گڈی مت سمجھو کہیں دوائی دنا چاہے. مقصد گل کرن دا جتنا بڑا سردار اتنی سونی تے قیمتی سواری. جہاں میں گل پہ کرنا ہوئے جنت دا سردار جے سردار وڈا ہے تو سواری کیسی ہونی چاہیے. نبی سجدے دے چہرے نبی دے کان تے چاہے باندھنے. چلا تو سجدے رہو. نبی سجدے کیا بات ہے بھائی. ہوں تسا نہ ہی بولو. اے شیر ملنگ جیا بندہ میں پڑھنا ضرور ہے. اے شیر میری ڈیوٹی ہے میرا فرض ہے. علی مولا دے دشمن کو نہیں پانی پاک کر سکدا. کیوں بھائی؟ علی ہک یدو بند نہ ہویا شام
ਨਰੁਲੇ ਨਾ ਅਲੀ ਦੀਆਂ ਧੀਆਂ ਬਜ਼ੁਰਗਾਂ ਦੇ ਰੰਗ ਮਖਦੂਮ ਜ਼ਾਦਾ ਸ਼ਾਮ ਦੀ ਮੁਸਾਫਰਤ ਸਹਿਣ ਦੀ ਉਰਬਤ ਮੈਂ ਪਿਆ ਪੜਦਾ ਸ਼ਾਮ ਦੇ ਵੇਲੇ ਮਿੱਠੀ ਭੀੜ ਬਜ਼ਾਰੀ ਲੋਕਾਂ ਦੀ ਸਹਾਰ ਰੁਕ ਗਿਆ ਅਗਲੀ ਸ਼ਤਰ ਦੀ ਮਾਫੀ ਮੰਗਦਾ ਜਿਤਨੇ ਸੱਜਣ ਬੈਠੇ ਹੋ ਸਵਾ ਲੱਖ ਬਦਮਾਸ਼ ਦੇ ਮਜਮੇ ਵਿੱਚ ਆਇਆ ਸਾਇਣ ਲੁਖਿਆ ਉਹ ਮੰਗੀ ਚਾਦਰ ਵੀਰ ਦੇ ਕਾਤਲ ਤੂੰ ਡੇ ਵਾਸਤਾ ਮਾਜ਼ਾ ਇੱਕ ਬੰਦ ਹੋਰ ਪੜ੍ਹਨਾ ਚਾਹੁੰਦਾ ਸ਼ਾਇਦ ਕਹੀ ਨੂੰ ਸਮਝ ਆ ਜਾਏ ਜੋ ਮੈਂ ਕੀ ਪਿਆ ਪੜ੍ਹਨਾ ਕਾਇਨਾਤ ਬਚਾਇਆ ਹੀ ਹੁਸੈਨ ਨਬੀਆਂ ਦੀ ਲੱਜ ਬਚਾਈ ਏ ਹੁਸੈਨ ਉਹ ਜਵਾਨੀ ਰੱਜ ਮਾਣੇ ਮਸਾਹਿਬ ਵਿੱਚ ਦਿਆ ਦੇ ਨਹੀਂ ਵਿਖੀਂਦਾ ਕਾਇਨਾਤ ਬਚਾਈਏ ਹੁਸੈਨ ਹੁਸੈਨ ਬਚਾਏ ਹੁਸੈਨ ਦੀ ਭੈਣ ਸ਼ਲਦੀਆਂ ਦੇ ਪਰਦੇ ਹੁੰਦੇ ਇੱਕ ਅਦਬ ਦੀ ਮਸਤ ਲਿਖਿਆ ਵਹਿਣ ਉਹ ਸੁਣਵਾਵਾਂ ਤ੍ਰੈ ਫਰਸਕ ਸ਼ਾਮ ਤੂੰ ਦੂਰ ਲੱਥੀ ਤ੍ਰੈ ਫਰਸਕ ਬਣਦੇ ਨੌ ਮੀਲ ਤੇ ਮਿਸਦਾ ਕੁਯੂਰੀ ਦੁੱਲਾ ਦੀ ਤਾਜ਼ੀਮ ਕਿਤੇ ਆ ਬਾਹਰ ਗਈ ਹੈ ਕੁੱਲ ਸ਼ਾਮ ਦੀ ਨਿਜਾਸ ਆਬਾਦੀ ਮਹਾਲ ਗੁਡੇਕ ਗਿਆ ਤੇਆ ਪਕੜੀਏ ਸਾਂਗ ਭਿਰਾ ਦੀ ਮੈਂ ਗੁੱਡਾ ਸਰਦਾਸ ਮੈਂ ਗੁੱਡਾ ਸਰਦਾਸ ਇਹਨਾਂ ਲੋਕਾਂ ਵਿੱਚ ਕਿਵੇਂ ਟੁਰਸੀ ਜੇ